सत्कारयोग सात संग जी निम्रता सहित आप नु फतेह अर्ज करदे हैं। वाहेगुरु जी का खालसा, वाहेगुरु जी की फतेह। ये शहीदां दी धरती, बाबा फतेह सिंह, बाबा जोरावर सिंह, माता गुजर कौर जी, मोती मेहरा सिंह जी, टोडरमल सिंह जी के उत्ते अज आपां संत जरनैल सिंह पिंडां वालियां दा जन्मदिन मना रहे हैं। मैनू उम्मीद नहीं सी कि उन्हां दे जन्मदिन ते इन्ना कट होगा। मैं तुहाडा एक एक दा ऋणी हाँ जिहड़ा तुसी इतनी दिलचस्पी दे नाल संतां दे जन्मदिन दे उत्ते फतेहगढ़ साहब आए हो। संत जरनैल सिंह भिंडरांवाले ने कौम दे लई शहीदी प्राप्त कीती है। जदों बरतानिया रूस ते हिंद दी फौज ने दरबार साहब ते घेरा पा लिया सी ते जिहड़े कोई अखौती अकाली सी उन्होंने कहा इंदिरा गांधी नूं कि तुसी फौज भेजो। फौज दा नां सुन के भिंडरांवाला बाहर आ जूगा हथ खड़े करके, पर साडे भरावां नूं इह नहीं सी पता कि कीड़ी दृढ़ती दे नाल दृढ़ता दे नाल संत जरनैल सिंह भिंडरांवाले बने हैं। उन्हां दे नाल जनरल शबैग सिंह ने कौम की बहुत इज्जत की और अमरीक सिंह भी नाल सीगे, बाबा अठारा सिंह भी नाल सीगे। इन्हां सारिया ने अपने मोर्चे नहीं छड़े ते जदों बहुत वड्डा हमला होण लग्या सिखां ने हिंद फौज दे टैंक तबाह करते, मोटर तबाह करते। किसी नूं उम्मीद नहीं सी कि सिख इन्ना चिर मोर्चा सांभी बैठणगे और वह भी उस दे खिलाफ दुनिया दियां मन्नियां बनाईयां तीन फौजां दे खिलाफ। जदों मोर्चा खत्म होण ते लग्या संत जरनैल सिंह भिंडरांवाले जिहड़े अकाल तख्त साहब दे सामने दो निशान साहब हैं उन्हां दे विचाले आ के उन्होंने मशीन गन दे फायर किए ते जदों शहादत प्राप्त की उन्हां दी छाती दे उत्ते 72 गोलियां सीगियां, 72 पिठ ते नहीं सी कोई भी। जनरल शबेक सिंह उन्होंने भी शहादत प्राप्त की, पर फौज का नियम है कि जदों लड़दी फौज विरोधियों का जनरल ते उन्हां दे सिपाही शहीद हो जाण उन्हां नूं इज्जत माण दे नाल उन्हां दा अंतम संस्कार किया जाता है। जनरल शबेक सिंह ने 6 जून
1984 ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਪਰ ਇੰਡੀਆ ਦੀ ਫੌਜ ਨੇ ਉਸ ਜਰਨੈਲ ਦੀ ਉਸ ਜਰਨੈਲ ਸ਼ਬੇਗ ਸਿੰਘ ਦੀ ਜਿਹੜੀ ਬੋਡੀ ਸੀ ਉਹ 9 ਤਰੀਕ ਨੂੰ ਚੱਕੀ ਉਹਦੇ ਵਿੱਚ ਕੀੜੇ ਪੈ ਗਏ ਸੀ ਇਹ ਇੰਡੀਆ ਫੌਜ ਦੇ ਲਈ ਬਹੁਤ ਇੱਕ ਬੇਇੱਜ਼ਤੀ ਦੀ ਗੱਲ ਹੈ ਜਿਹੜੇ ਜਰਨੈਲ ਉੱਥੇ ਸੁੰਦਰ ਜੀ ਸੀ ਜਨਰਲ ਰਣਜੀਤ ਸਿੰਘ ਦਿਆਲ ਸੀ ਕੁਲਦੀਪ ਸਿੰਘ ਬਰਾੜ ਸੀ ਇਹਨਾਂ ਸਾਰਿਆਂ ਨੇ ਜ਼ਿੰਮੇਵਾਰ ਹੈ ਕਿ ਇੱਕ ਦੂਜੀ ਧਿਰ ਦੇ ਜਰਨੈਲ ਦੇ ਸਰੀਰ ਨੂੰ ਬੇਇੱਜ਼ਤ ਕੀਤਾ ਇਹ ਚੀਜ਼ਾਂ ਸਿੱਖ ਭੁੱਲ ਨਹੀਂ ਸਕਦੇ ਜੋ ਕੁਛ ਇਸ ਇੰਡੀਆ ਨੇ ਸਾਡੇ ਨਾਲ ਕੀਤਾ ਸਾਡੇ ਨਾਲ ਵਾਅਦੇ ਕਰਤੇ ਉਹ ਪੂਰੇ ਨਹੀਂ ਕੀਤੇ ਕਿਉਂ ਨਹੀਂ ਕੀਤੇ ਕਿਉਂ ਕਰਕੇ ਜਿਹੜੇ ਸਾਡੇ ਲੀਡਰ ਹੈ ਮਾਸਟਰ ਤਾਰਾ ਸਿੰਘ ਸਰਦਾਰ ਬਲਦੇਵ ਸਿੰਘ ਇਹ ਕਹਿੰਦੇ ਕਿ ਵੱਡਾ ਭਰਾ ਗਾਂਧੀ ਨਹਿਰੂ ਤੇ ਪਟੇਲ ਸਾਨੂੰ ਅੰਗਰੇਜ਼ਾਂ ਤੋਂ ਸਾਰਾ ਕੁਛ ਲੈ ਕੇ ਦੇ ਦੂਗਾ ਤੁਸੀਂ ਦੇਖਦੇ ਹੋ ਕਿ ਇਹਨਾਂ ਲੀਡਰਾਂ ਨੇ ਆਪਣਾ ਪੱਲਾ ਹਿੰਦੁੱਤਵ ਦੇ ਹੱਥ ਦੇ ਵਿੱਚ ਰਖਾ ਕੇ ਕਿ ਸਾਡੀ ਅੱਜ ਤੱਕ ਇਹਨਾਂ ਨੇ ਬੇਇੱਜ਼ਤੀ ਕਰਾਈ ਹੈ ਅੱਜ ਕਿਸਾਨਾਂ ਦਾ ਮੋਰਚਾ ਦਿੱਲੀ ਦੇ ਵਿੱਚ ਲੱਗਿਆ ਹੋਇਆ ਚੜ੍ਹਦੀ ਕਲਾ ਪਰ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਜੋ ਗਲਤੀ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੇ 1947 ਦੇ ਵਿੱਚ ਕੀਤੀ ਕਿ ਸਾਡੇ ਵੱਡੇ ਭਰਾ ਹਿੰਦੂ ਸਾਨੂੰ ਸਾਰਾ ਕੁਛ ਲੈ ਕੇ ਦੇ ਦੇਣਗੇ ਕਿਸਾਨ ਭਰਾਵੋ ਉਹ ਗਲਤੀ ਨਾ ਕਰਿਓ ਕਿਸੇ ਹੋਰ ਨੂੰ ਪੱਲਾ ਫੜਾ ਦਿਓ ਅਸੀਂ ਸਾਰੇ ਰਲ ਕੇ ਇਹ ਮੋਰਚਾ ਜਿੱਤਾਂਗੇ ਔਰ ਸਾਨੂੰ ਏਕਤਾ ਰੱਖਣੀ ਚਾਹੀਦੀ ਹੈ ਕਿਸਾਨ ਵੀਰਾਂ ਨੂੰ ਕਿਸੇ ਦੇ ਖਿਲਾਫ ਗੱਲ ਕਰਨ ਦਾ ਹੱਕ ਨਹੀਂ ਹੈ ਖਾਸ ਕਰਕੇ ਨਿਸ਼ਾਨ ਸਾਹਿਬ ਦੇ ਖਿਲਾਫ ਨਿਹੰਗਾਂ ਦੇ ਖਿਲਾਫ ਨੌਜਵਾਨਾਂ ਦੇ ਖਿਲਾਫ ਤੁਸੀਂ ਕਿਹਾ ਕਿ ਕੋਈ ਸਿਆਸਤਦਾਨ ਸਾਡੇ ਵਿੱਚ ਆ ਕੇ ਦਖਲਅੰਦਾਜ਼ੀ ਨਾ ਦੇਵੇ ਇਸ ਕਰਕੇ ਅਸੀਂ ਉੱਥੇ ਨਹੀਂ ਗਏ ਅਜੇ ਤੱਕ ਕਿ ਕਿਤੇ ਸਾਡੀ ਬੇਇੱਜ਼ਤੀ ਨਾ ਕਰ ਦੇਣ ਅਸੀਂ ਸਾਰੇ ਤੁਹਾਡੀ ਸਪੋਰਟ ਕਰਦੇ ਹਾਂ ਸਾਨੂੰ ਫਕਰ ਹੈ 26 ਜਨਵਰੀ ਨੂੰ ਆ ਬੰਦ ਕਰੋ ਛੱਬੀ ਜਨਵਰੀ ਨੂੰ ਹਿੰਦੁੱਤਵਾਦੀ ਫੌਜ ਦੀ ਜਿਹੜੀਆਂ ਤੋਪਾਂ ਟੈਂਕਾਂ ਹਵਾਈ ਜਹਾਜ਼ ਲੈ ਕੇ ਨਮਾਇਸ਼ ਕਰ ਰਹੇ ਸੀਗੇ ਉਹ ਨਹੀਂ ਹੋਣ ਦਿੱਤੇ
ਸਾਡੇ ਵੀਰਾਂ ਨੇ ਲਾਲ ਕਲੇ ਦੇ ਉੱਤੇ ਸਾਡਾ ਨਿਸ਼ਾਨ ਸਾਹਿਬ ਚੜ੍ਹਾਤਾ। ਮੈਂ ਬੜਾ ਖੁਸ਼ ਹਾਂ। ਨਿਸ਼ਾਨ ਸਾਹਿਬ ਚੜ੍ਹਾਉਣ ਵਾਲਾ ਤਾਰਾ ਸਿੰਘ ਵਾਂ ਦੀ ਜਗਰਾਜ ਸਿੰਘ ਸੀ, ਉਹਨਾਂ ਦੇ ਟੱਬਰ ਨੂੰ ਹੁਣੇ ਅਸੀਂ ਆਦਰ ਕੀਤਾ। ਜਿਹੜੀ ਲਾਲ ਕਿਲੇ ਦੀ ਗੁੰਬਰ ਸੀ ਉਹਦੇ ਉੱਤੇ ਤਲਵੰਡੀ ਸੋਭਾ ਸਿੰਘ ਦੇ ਤਰਨ ਤਾਰਨ ਦੇ ਇਲਾਕੇ ਗੁਰਜੰਟ ਸਿੰਘ ਨੇ ਸਾਡਾ ਝੰਡਾ ਉੱਥੇ ਚੜ੍ਹਾਤਾ। ਇਹ ਫਕਰ ਵਾਲੀ ਗੱਲ ਹੈ ਮੇਰੇ ਲਈ, ਖਾਸ ਕਰਕੇ ਕਿਉਂ ਕਰਕੇ ਮੇਰੇ ਵੱਡੇ ਭੈਣ ਜੀ ਇੰਦਰਜੀਤ ਕੌਰ ਵਾਂ ਪਿੰਡ ਦੇ ਵਿੱਚ ਵਿਆਹੇ ਹੋਏ ਹੈ ਔਰ ਇਸ ਪਿੰਡ ਦੀ ਦਲੇਰੀ ਕਿਤੇ ਛੁਪੀ ਨਹੀਂ ਰਹਿੰਦੀ। ਹਮੇਸ਼ਾ ਇਹਨਾਂ ਨੇ ਦਲੇਰੀ ਦੇ ਨਾਲ ਪੰਥ ਦੀ ਅਗਵਾਈ ਕੀਤੀ ਹੈ। ਅੱਜ ਦੀਪ ਸਿੰਘ ਤੇ ਲੱਖਾਂ ਸਧਾਨਾਂ ਦੇ ਉੱਤੇ ਪਰਚੇ ਬਣ ਗਏ ਹੈ। ਜਦੋਂ ਜਗਰਾਜ ਸਿੰਘ ਨੇ ਲਾਲ ਕਿਲੇ ਦੇ ਉੱਤੇ ਝੰਡਾ ਚੜ੍ਹਾਇਆ, ਥੱਲੇ ਉਹਦੇ ਸਰਦਾਰ ਜਸਕਰਨ ਸਿੰਘ ਸਾਡੀ ਪਾਰਟੀ ਦੇ ਜਨਰਲ ਸਕੱਤਰ ਖੜ੍ਹੇ ਸੀ ਔਰ ਉਸ ਨੂੰ ਦੱਸ ਰਹੇ ਸੀਗੇ ਹਿੰਦ ਹਕੂਮਤ ਨੂੰ ਉਹਨਾਂ ਦੇ ਉੱਤੇ ਕੇਸ ਨਹੀਂ ਦਰਜ ਕਰਨੇ ਚਾਹੀਦੇ, ਕਿਉਂ ਕਰਕੇ ਇਹੀ ਨਿਸ਼ਾਨ ਸਾਹਿਬ ਜਦੋਂ ਹਿੰਦ ਦੀਆਂ ਫੌਜਾਂ ਲੱਦਾਖ ਦੇ ਵਿੱਚ ਹਾਰ ਰਹੀਆਂ ਸੀ, ਫਿਰ ਮੋਦੀ ਜੀ ਨੇ ਆਰਡਰ ਕੀਤਾ ਕਿ ਇਹ ਹਮਲਾ ਕਿਵੇਂ ਥੰਮਣਾ। ਲੱਦਾਖ ਦੇ ਵਿੱਚ ਸਿੱਖ ਫੌਜ ਭੇਜੀ ਗਈ, ਸਿੱਖ ਫੌਜ ਨੇ ਚੀਨ ਫੌਜ ਦੇ ਅੱਗੇ ਨਿਸ਼ਾਨ ਸਾਹਿਬ ਚੜ੍ਹਾਤੇ। ਉਦੋਂ ਬਾਅਦ ਚੀਨ ਦੀ ਫੌਜ ਇੱਕ ਇੰਚ ਅੱਗੇ ਨਹੀਂ ਆ ਸਕੀ ਅਤੇ ਜਿਹੜਾ ਕੱਲ੍ਹ ਦਾ ਸਮਝੌਤਾ ਹੋਇਆ ਕਿ ਦੋਨੋਂ ਇੰਡੀਆ ਅਤੇ ਚੀਨ ਦੀਆਂ ਫੌਜਾਂ ਵਾਪਸ ਜਾਣਗੀਆਂ, ਮੈਂ ਇਹਨਾਂ ਨੂੰ ਭਰਾਵਾਂ ਨੂੰ ਕਹਿੰਦਾ ਹੈ ਕਿ ਨਿਸ਼ਾਨ ਸਾਹਿਬ ਨੂੰ ਨਾ ਭੁੱਲੋ। ਇਹਦੇ ਸਿਰ ਦੇ ਉੱਤੇ ਤੁਸੀਂ ਸਾਰੇ ਇੰਡੀਆ ਦੇ ਉੱਤੇ ਹਕੂਮਤ ਕਰ ਰਹੇ ਹੋ, ਜੇ ਨਿਸ਼ਾਨ ਸਾਹਿਬ ਨੂੰ ਤੁਸੀਂ ਨਹੀਂ ਮੰਨੋਗੇ, ਸਾਰੀਆਂ ਹਿੱਦਾਂ ਦੇ ਉੱਤੇ ਤੁਹਾਡੀ ਪਿੱਦੜ ਪੈ ਨਿਕਲਦੀ ਰਹੂਗੀ। ਸੋ ਸਾਧ ਸੰਗਤ ਜੀ, ਅਸੀਂ ਜੇ ਤੁਹਾਡੇ ਸਿਰ ਦੇ ਉੱਤੇ ਪੰਥ ਦੀ ਜਿੰਨੀ ਕੀ ਅਗਵਾਈ ਕਰ ਸਕਦੇ ਹਾਂ ਕਰ ਰਹੇ ਹਾਂ, ਅਸੀਂ ਇਹ ਬੱਚਿਆਂ ਦੇ ਉੱਤੇ
केस नहीं होने देने। मैं फतेहगढ़ साहब दी धरती तो ऐलान करदा कि जेडे निशान साहब लाल किले दे उत्ते चढ़ाए गए है वो मैं चढ़ाए है। आ तुसी देख लो इत्थे भी निशान साहब झूल रहे है। मेरे हाथ दे विच हिंदुत्व दा झंडा है, उतला रंग भगवा साढ़े हिंदू वीरां दा है, विचकार चिट्टा रंग है ये साढ़े भरा जैनियां दा है, ये विचकार चक्कर है ये बुद्ध धर्म दा है, थले हरा रंग है ये मुसलमान कौम दा है। पार्लियामेंट दे विच जदों तुसी मैनूं एमपी बना के भेजिया सी उत्थे वाजपेई साहब ते कांग्रेसियां नूं पुछिया सी कि ठीक है तुहाडा झंडा हैगा इहदी इज्जत होनी चाहीदी है। मैं इनकार नहीं करदा पर वाजपेई साहब दसो कि जिहड़े सिखां ने सब तो ज़्यादा आज़ादी दे लई कुर्बानियां कीतियां ਉਹਨਾਂ ਦਾ ਰੰਗ ਇਹਦੇ ਵਿੱਚ ਕਿਹੜਾ? ਸਨਾਟਾ ਛਾ ਗਿਆ। ਗ੍ਰਹਿ ਵਜ਼ੀਰ ਕਹਿੰਦਾ ਮੈਂ ਸਿਮਰਨਜੀਤ ਸਿੰਘ ਮਾਨ ਦਾ ਜਵਾਬ ਫੇਰ ਦੇਊਂਗਾ। ਮੈਂ ਕਿਹਾ ਦੇਈ ਨਾ ਦੇਈ, ਪਰ ਜਦੋਂ ਸਾਡਾ ਰੰਗ ਹੀ ਨਹੀਂ ਅਸੀਂ ਕਿਵੇਂ ਮੰਨੀਏ ਇਸ ਤਿਰੰਗੇ ਨੂੰ? ਸੋ ਸਾਧ ਸੰਗਤ ਜੀ ਜਿਹੜੇ ਆਪਣੇ ਲੀਡਰ ਸੀਗੇ, ਜੇ ਮਾਸਟਰ ਤਾਰਾ ਸਿੰਘ ਅਤੇ ਬਲਦੇਵ ਸਿੰਘ ਨੇ ਸਾਰੇ ਅਖਤਿਆਰ ਹਿੰਦੁੱਤਵਾਂ ਦੇ ਆਗੂਆਂ ਨੂੰ ਦੇ ਤੇ, ਪਰ ਜਿਹੜਾ ਸੰਵਿਧਾਨ ਬਣਿਆ, ਸੰਵਿਧਾਨ ਬਣਾਉਣ ਦੀ ਕਮੇਟੀ ਦੇ ਵਿੱਚ ਸਿੱਖਾਂ ਦੇ ਦੋ ਅੱਬਲ ਨੰਬਰ ਦੇ ਵਕੀਲ ਸੀ, ਇੱਕ ਸਰਦਾਰ ਹੁਕਮ ਸਿੰਘ ਸੀ, ਦੂਸਰੇ ਮੇਰੇ ਚਾਚਾ ਜੀ ਭੁਪਿੰਦਰ ਸਿੰਘ ਮਾਨ ਸੀ। ਹੁਣ ਤੁਸੀਂ ਦੇਖੋ ਕਿ ਜਦੋਂ ਵਕੀਲ ਆ ਜਾਂਦੇ ਆ ਘੋਲ ਦੇ ਵਿੱਚ ਫਿਰ ਕੀ ਅਸਰ ਹੁੰਦਾ? ਜਦੋਂ ਗਾਂਧੀ ਨਹਿਰੂ ਅਤੇ ਪਟੇਲ ਜਿਹੜੇ ਸਿੱਖਾਂ ਨਾਲ ਵਾਅਦੇ ਕੀਤੇ ਸੀਗੇ ਉਹ ਮੁਨਕਰ ਹੋ ਗਏ, ਅਤੇ ਜਿਹੜੀ ਸੰਵਿਧਾਨ ਬਣਾਉਣ ਵਾਲੀ ਕਮੇਟੀ ਦੇ ਆਪਣੇ ਦੋ ਵਕੀਲ ਗਏ ਸੀ, ਸਰਦਾਰ ਭੁਪਿੰਦਰ ਸਿੰਘ ਮਾਨ ਅਤੇ ਸਰਦਾਰ ਹੁਕਮ ਸਿੰਘ, ਉਹਨਾਂ ਨੇ ਕਿਹਾ ਸਿੱਖ ਕੌਮ ਦੇ ਅਸੀਂ ਨੁਮਾਇੰਦੇ ਹਾਂ। ਜਦੋਂ ਸੰਵਿਧਾਨ ਕਮੇਟੀ ਨੇ ਸਾਡੀ ਗੱਲ ਨਹੀਂ ਮੰਨੀ, ਸਿੱਖਾਂ ਦੇ ਹੱਕ ਨਹੀਂ ਦਿੱਤੇ, ਅਤੇ ਅਸੀਂ ਸਿੱਖ ਕੌਮ ਵੱਲੋਂ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕਰਦੇ, ਜਿਹਦਾ ਮਤਲਬ ਹੈ
ਅਸੀਂ ਇਸ ਦੇਸ਼ ਦਾ ਸੰਵਿਧਾਨ ਨਹੀਂ ਮੰਨਦੇ ਹਾਂ ਕਿਉਂ ਕਰਕੇ ਸਾਡੀ ਸਟੇਟ ਹੈ ਨਹੀਂ ਅਸੀਂ ਬੰਦੂਕਧਾਰੀ ਲੜਾਈ ਨਹੀਂ ਕਰ ਸਕਦੇ ਅਸੀਂ ਇਹਨਾਂ ਦੇ ਕਾਨੂੰਨ ਨੂੰ ਮੰਨਦੇ ਹਾਂ ਉਹਦੇ ਨਾਲ ਚੱਲਦੇ ਹਾਂ ਪਰ ਅਸੀਂ ਮੰਨਦੇ ਵੀ ਨਹੀਂ ਹਾਂ ਸੋ ਜਿਹੜਾ ਮੈਂ ਕਿਹਾ ਕਿ ਨਿਸ਼ਾਨ ਸਾਹਿਬ ਮੈਂ ਚੜ੍ਹਾਇਆ ਹੁਣ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਤਾਂ ਸਿਮਰਨਜੀਤ ਸਿੰਘ ਮਾਨ ਆਪਣੇ ਮੂੰਹ 'ਚ ਕਹਿਤਾ ਤੁਸੀਂ ਹੁਣ ਮੇਰੇ ਬਾਅਦ ਜੋ ਮੈਂ ਕਹੂੰਗਾ ਆਪਣਾ ਨਾਮ ਮੂੰਹ ਦੇ ਵਿੱਚ ਲੈ ਕੇ ਉੱਚੀ ਗੱਲ ਕਰੋ ਕਿ ਮੋਦੀ ਹਿੰਦ ਸਰਕਾਰ ਕਹੋ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਲਾਲ ਕਿਲ੍ਹੇ ਦੀ ਗੁੰਬਟ ਮੈਂ ਆਪਣਾ ਨਾਂ ਲੈ ਲਓ ਮੈਂ ਚੜ੍ਹਾਇਆ ਸਾਰੀ ਕੌਮ ਨੇ ਚੜ੍ਹਾਤਾ ਇਹ ਫਖਰ ਦੀ ਗੱਲ ਹੈ ਜੇ ਦਸਾਂ ਦਿਨਾਂ ਦੇ ਅੰਦਰ ਹੁਣ ਨਹੀਂ ਜੇ ਦਸਾਂ ਦਿਨਾਂ ਦੇ ਅੰਦਰ ਬਸ ਬਸ ਮੋਦੀ ਸਰਕਾਰ ਨੇ ਇਹ ਸਿੰਘਾਂ ਦੇ ਉੱਤੇ ਮੁਕੱਦਮੇ ਨਾ ਵਾਪਸ ਲਏ ਤਾਂ ਫਿਰ ਅਸੀਂ ਸੱਤ ਸਿੱਖ ਇਸੇ ਗੁਰਦੁਆਰਾ ਸਾਹਿਬ ਤੋਂ ਮੋਦੀ ਸਾਹਿਬ ਦੇ ਦਫ਼ਤਰ 'ਚ ਭੇਜਾਂਗੇ ਕਿ ਕਰ ਲਓ ਜੋ ਕੁਛ ਕਰਨਾ ਝੰਡਾ ਅਸੀਂ ਚੜ੍ਹਾਇਆ ਸਾਡੇ ਲੀਡਰ ਬਾਮਨ ਮੇਜ ਸਾਹਿਬ ਅੱਜ ਨਹੀਂ ਆ ਸਕੇ ਪਰ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਦੀ ਅਗਵਾਈ ਕੀਤੀ ਹੈ ਸਰਦਾਰ ਕੁਲਦੀਪ ਸਿੰਘ ਨੇ ਅਸੀਂ ਤੁਹਾਡੇ ਸਾਰਿਆਂ ਦੇ ਰਿਣੀ ਹੈ ਸਰਦਾਰ ਕੁਲਦੀਪ ਸਿੰਘ ਦੇ ਇਮਾਨ ਸਿੰਘ ਨੇ ਤੁਹਾਨੂੰ ਦੱਸਿਆ ਕਿ ਸਿੱਖਾਂ ਦੇ ਵਿੱਚ ਜਾਤ ਪਾਤ ਨਹੀਂ ਹੈ ਅਸੀਂ ਸਾਰੇ ਇੱਕ ਹੈ ਅਸੀਂ ਸਾਰਿਆਂ ਦਾ ਆਦਰ ਕਰਦੇ ਹਾਂ ਜਿਹੜੇ ਰੱਬ ਦੇ ਵਿੱਚ ਨਹੀਂ ਮੰਨਦੇ ਉਹਨਾਂ ਨੂੰ ਹਿੰਦੂ ਧਰਮ ਕਹਿੰਦਾ ਕਿ ਇਹ ਨਾਸਤਕ ਹੈ ਇਸਲਾਮਿਕ ਧਰਮ ਵੀ ਉਹਨਾਂ ਨੂੰ ਇੱਕ ਹੋਰ ਲਫ਼ਜ਼ ਦੇ ਨਾਲ ਕਹਿੰਦਾ ਈਸਾਈ ਵੀ ਮੁਸਲਮਾਨ ਕਾਫਰ ਸਾਦੇ ਹੈ ਈਸਾਈ ਵੀ ਉਹਨਾਂ ਨੂੰ ਆਪਣੀ ਬੋਲੀ ਦੇ ਵਿੱਚ ਕੁਛ ਕਹਿੰਦੇ ਆ
नहीं पर सिख धर्म दे विच असी कहने हैं सबना जिया के एक दाता सो कॉमरेडो थानू कोई मनदाता है नहीं स्वय सत्तो मारे जो थे बिना अपनी हाँ थानू ना साई मनदे है ना मुसलमान मनदे है ना हिंदू मनदे है ते क्यों करके असी शायद छोटे हैं थोड़े हैं तुसी सत्तों भी पासे रहने हो 1943 दे विच कॉमरेडां दे लीडर हरकिशन सिंह सुरजीत ने खालिस्तान दा मता पास करता सीगा ये मता फिर रूस मॉस्को दे विच गया ऐसे खालिस्तान दे मते नू रूस दे तन्नाशाह लीडर स्टैलिन ने प्रमाण करता पर 1947 दे विच तुसी कॉमरेडो हिंदुत्ववादी कच्छ विच बढ़ गए और जदों साडे सिख खालिस्तान दे लई लड़े तुसी अपने आप नू कहंदे हो कि असी अजिहे बंदे हैं जिहड़े सरकारां नाल टाकरे लैंदे हैं पर तुसी कॉमरेडो हिंद सरकार दीआं मशीन गन्नां लैके राइफलां लैके साडे सिखां दे उत्ते चलाईआं तुसी इनकलाब दे कहण वाले भगौड़े हो इनकलाब तो इनकलाबियां दे विरुद्ध तुसी सरकार दीआं बंदूकां ते मशीन गन्नां चक्कीआं तो साधक संगत जी जदों आपां दिल्ली जाइए इन्हां नूं दस दो कि तुसी तां हिंद सरकार दीआं बंदूकां ते मशीन गन्नां चक्कीआं सी साडे खिलाफ तुसी काहदे इनकलाबी हो बिलकुल नहीं है स्टेट दे हक दे विच चलदे हो मैं आस करदा कि अज तो बाद साडा जिहड़ा किसानां दा जद्दोजहद चल रही है ये होर भाव फड़ूगा और अखीर दे विच साडी जित होगी कोई भी जिहड़े इस संघर्ष दे विच लगे हुए है जद्दोजहद दे विच उन्हां दे खिलाफ गल करनी ठीक नहीं है तुहानू जदों पता कि संत जरनैल सिंह भिंडरांवाले ने अंतम बचन यही कीते सी कि जदों हिंद दी फौज दरबार साहब दे उत्ते हमले ते आऊगी खालिस्तान दा नींह पत्थर रख्या जाऊगा उस दिन तो लग के अज तक असी खालिस्तान दी इमारत बनाई जा रहे हैं तकलीफां बहुत हैं पर दरिख तकलीफां नू दूर कर दिया होया जो एक कट अज है ये दिल्ली ते जिहड़े साडे लीडर किसानां दी
निशान साहब की गल नहीं करते, तख्तां दे जथेदार साहब SGPC, तुसी लुक के ना रहो, अगे आओ, कह दो कि ये झंडा जगराज सिंह ते भाई जगतार सिंह, गुरजंत सिंह, जगराज सिंह ते गुरजंत सिंह ने नहीं चढ़ाया, तख्तां दे जथेदारो कह दो असीं चढ़ाया। हुण अगे लगो, अगे हुण पिछे वेखण दा समा नहीं है। कौम नूं लोड़ है तुहाडी, सो मैं आस करदा कि जिहड़ा एड्डा वड्डा कट्ठ तुसीं कीता इहदा फल कौम नूं मिलूगा। आप जी नूं एक एक नूं मैं वधाई दिंदा ते आस करदा कि अपनी चढ़ाई होगी और फतेह हुण जरूर होनी चाहीदी है। क्यों करके निशान साहब ने चीन की फौज नूं पिछे तोड़ता। भाई मेरे हिंदू वीरो, जे निशान साहब ने चीन की फौज नूं पिछे करता है ते तुसीं जिहड़ा निशान साहब दे उत्ते फौजदारी केस बना रहे हो, असी झल्लांगे। मन्नू साडी दात्री है, असी भुल्ले नहीं। ते सो मैं तुहाडा बहुत ऋणी हुंदा होया, पार्टी दा, तुहाडा सारिआं दा। शताब्दी गुरु तेग बहादुर साहब दी 19 अप्रैल नूं आ रही है। मेरी बेनती है कि उस शताब्दी दे उत्ते सारे घरां दे उत्ते आप जी हाथ जोड़ बेनती है, निशान साहब चढ़ा दिओ। जी आया कहिंदा आप तो हुण माफी मंगदा ते फतेह अर्ज करदा। फतेह दी, वाहिगुरु जी का खालसा, वाहिगुरु जी की फतेह।